ਸੁਸਾਇਟੀ ਅਤੇ ਇੰਡੀਅਨ ਫੋਰੈਂਸ ਐਸੋਸੀਏਸ਼ਨ ਫਾਰਮੇਸੀ ਯੂਨਾਈਟਿਡ ਇਨ ਐਕਸ਼ਨ ਫਾਰ ਏ ਹੈਲਥੀ ਐਂਡ ਵਰਲਡ ਰੂਮ ਪੰਜਾਬ ਵੱਲੋਂ ਚਲੰਦਰ ਦੇ ਸਰਕਟ ਹਾਊਸ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡਰੱਗ ਇੰਸਪੈਕਟਰ ਸਰਦਾਰ ਅਮਰਜੀਤ ਸਿੰਘ ਦੇ ਨਾਲ ਡਾਕਟਰ ਪ੍ਰੋਫੈਸਰ ਅਤੇ ਵਿਦਿਆਰਥੀਆਂ ਨੇ ਸ਼ਮਾ ਰੋਸ਼ਨ ਕਰਕੇ ਕੀਤੀ। ਇਸ ਮੌਕੇ ਹਰਵਿੰਦਰ ਕਮਲ, ਰੁਪਿੰਦਰ ਸਿੰਘ ਅਤੇ ਪ੍ਰੋਫੈਸਰ ਵਿਕਰਮ ਸ਼ਰਮਾ ਨੇ ਆਪਣੇ ਗਿਆਨ ਨਾਲ ਸਰਜਰੀ ਦਵਾਈ ਦੇ ਇਲਾਜ ਵਿੱਚ ਦਵਾਈਆਂ ਦੇ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜਾਂ ਮਨੁੱਖ ਮਨੁੱਖਤਾ ਦੀ ਅਨਮੋਲ ਜ਼ਿੰਦਗੀ ਨੂੰ ਦਾਨ ਦਿੰਦੇ ਹਨ। ਇਸ ਮੌਕੇ ਡਾਕਟਰ ਪ੍ਰੋਫੈਸਰ ਵੀਰ ਵਿਕਰਮ ਸ਼ਰਮਾ, ਚੇਅਰਮੈਨ ਪ੍ਰੋਫੈਸਰ SPS ਖੁਰਾਣਾ, ਡਾਕਟਰ ਪ੍ਰੋਫੈਸਰ ਸੰਜੇ ਬਾਂਸਲ, PK ਜੈਨ, ਸੁਰੇਸ਼ ਧੀਰ ਅਤੇ ਹੋਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਲੰਧਰ ਤੋਂ ਸੁਰਿੰਦਰ ਰੰਦੇਵ ਦੀ ਰਿਪੋਰਟ। ਅੱਜ ਸਾਡੇ ਜਿਹੜਾ 25 ਸਤੰਬਰ ਜਿਹੜਾ ਹੈ ਕਿ ਵਰਲਡ ਫਾਰਮਾਸੀ ਡੇ ਹੈ, ਬੜਾ ਅੱਛਾ ਲੱਗਾ ਯਾਰ ਸਾਰੇ ਜਣੇ ਤੁਸੀਂ ਜਿਹੜੇ ਆ ਇਕੱਠੇ ਹੋਏ ਅੱਜ ਫਾਰਮਾਸੀ ਡੇ ਮਨਾ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਆ। ਅਤੇ ਇਹਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਸੰਜੇ ਬਾਂਸਲ ਜੀ ਜਿਹੜੇ ਪ੍ਰੈਜੀਡੈਂਟ ਹੈਗੇ IPA ਦੇ, SPS ਖੁਰਾਣਾ ਜੀ ਚੇਅਰਮੈਨ, PK ਜੈਨ ਸਾਹਿਬ, ਹਰਵਿੰਦਰ ਕਮਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਡੈਲੀਗੇਟਸ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ। ਔਰ ਬੜਾ ਅੱਛਾ ਲੱਗਾ ਤੁਸੀਂ ਯਾਰ ਅੱਜ ਇਹ ਡੇ ਜਿਹੜਾ ਸੈਲੀਬ੍ਰੇਟ ਕਰ ਰਹੇ ਆ। ਸਰ, ਅੰਗਰੇਜ਼ੀ ਦਵਾਈਆਂ ਔਰ ਫਾਰਮਾਸਿਕ ਆਯੁਰਵੈਦਿਕ ਇਹਨਾਂ 'ਚ ਅੰਤਰ ਕੀ ਹੈ, ਲੋਕਾਂ ਨੂੰ ਇਹ ਸਮਝਾਓ। ਦੇਖੋ ਜੀ, ਅੰਗਰੇਜ਼ੀ ਦਵਾਈਆਂ ਜਿਹਨੂੰ ਆਪਾਂ ਐਲੋਪੈਥਿਕ ਮੈਡੀਸਨ ਕਹਿੰਦੇ ਹਾਂ, ਆਪਾਂ ਜਿਹੜੀ ਆ ਐਲੋਪੈਥਿਕ ਜਿਹੜੀ ਆਯੁਰਵੈਦਿਕ ਮੈਡੀਸਨਸ ਆ ਉਹ ਆਪਣੀਆਂ ਜਿੱਦਾਂ ਜੜੀ ਬੂਟੀਆਂ ਤੋਂ ਤਿਆਰ ਹੁੰਦੀਆਂ ਦਵਾਈਆਂ, ਉਹ ਇਹ ਦੋਵੇਂ ਟ੍ਰੇਡ ਅਲੱਗ ਅਲੱਗ ਟ੍ਰੇਡ ਹੈਗੀ ਹੈ। ਜਿਹੜੀ ਹੁਣ ਆਪਾਂ ਫਾਰਮੇਸੀ ਵੀ ਦੋ ਟ੍ਰੇਡਾਂ 'ਚ ਹੈਗੀ ਹੈ, ਇੱਕ ਆਯੁਰਵੈਦਿਕ 'ਚ ਆਉਂਦੀ ਹੈ, ਇੱਕ ਐਲੋਪੈਥਿਕ 'ਚ ਆਉਂਦੀ ਹੈ। ਜਿਹੜੀ ਆ ਹੁਣ ਆਪਾਂ ਇੱਥੇ ਬੈਠੇ ਹਾਂ ਮੇਰੇ ਹਿਸਾਬ ਨਾਲ ਸਾਰੇ ਆਪਣੇ ਐਲੋਪੈਥਿਕ ਦੇ ਨਾਲ ਰਿਲੇਟਡ ਹੈਗੇ ਸਾਰੇ ਆਪਾਂ। ਆਯੁਰਵੈਦਿਕ ਜਿਹੜੀ ਜਿੱਦਾਂ ਆਪਾਂ ਪਹਿਲਾਂ ਹਕੀਮ ਹੁੰਦੇ ਸੀ ਕਹਿੰਦੇ ਹਕੀਮ ਜਾਂ ਦੇਸੀ ਦਵਾਈਆਂ ਵਾਲਾ, ਉਹ ਉਸ ਟਾਈਪ ਦੀ ਫਾਰਮੇਸੀ ਹੁੰਦੀ ਜਿਹਦੇ ਵਿੱਚ ਕੋਈ ਪਲਾਂਟਸ ਤੋਂ ਉਹਨਾਂ ਦੇ ਐਕਸਟ੍ਰੈਕਟ ਕੀਤੇ ਜਾਂਦੇ ਆ, ਉਹ ਉਸ ਟਾਈਪ ਦੀ ਅਲੱਗ ਹੋ ਜਾਂਦੀ ਹੈ। ਐਲੋਪੈਥਿਕ ਜਿਹੜੀ ਹੈ ਇਹ ਕੈਮੀਕਲ ਬੇਸਡ ਹੈਗੀ ਹੈ ਸਾਰੀ, ਇਹ ਸਾਰੇ ਇਹ 'ਚ ਐਲੋਪੈਥਿਕ ਮੈਡੀਸਨ ਸਾਰੀਆਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਜਿਹਨੂੰ ਆਪਾਂ ਕਹਿੰਦੇ ਹਾਂ। ਅੰਤਰ ਕੀ ਹੈ? ਅੰਤਰ ਜਿੱਦਾਂ ਇੱਕ ਮੋਟਾ ਮੋਟਾ ਪੰਜਾਬੀ 'ਚ ਆਪਾਂ ਹਿਸਾਬ ਕਰ ਲਈਏ, ਇੱਕ ਦੇਸੀ ਦਵਾਈਆਂ ਆ ਜੀ, ਇੱਕ ਅੰਗਰੇਜ਼ੀ ਦਵਾਈਆਂ ਜਿਹੜੀਆਂ ਆਪਾਂ ਕੁਦਰਤੀ ਨੈਚੁਰਲ ਸੋਰਸ ਤੋਂ ਆਪਾਂ ਲੈਂਦੇ ਹਾਂ, ਉਹ ਆਪਣੀਆਂ ਦੇਸੀ ਹੈ। ਆਯੁਰਵੈਦਿਕ ਜਿਹਨੂੰ ਕਹਿੰਦੇ ਆ, ਜਿੱਦਾਂ ਆਯੁਰਵੈਦ ਹੈ ਬਹੁਤ ਪੁਰਾਣਾ ਆਪਣਾ ਚੱਲਦਾ ਹੈ। ਅੰਗਰੇਜ਼ੀ ਜਿਹੜੀਆਂ ਆਪਾਂ ਜਿਹੜੀਆਂ ਸਾਰੇ ਕੈਮੀਕਲ ਤੋਂ ਤਿਆਰ ਜਾਂ ਉਹਨਾਂ ਤੋਂ ਆਪਾਂ ਕੈਮੀਕਲਸ ਤੋਂ ਮੈਡੀਸਨ ਜਿਹੜੀ ਤਿਆਰ ਕਰਦੇ ਆ ਉਹਨਾਂ ਨੂੰ ਅੰਗਰੇਜ਼ੀ ਦਵਾਈਆਂ ਆਪਾਂ ਕਹਿੰਦੇ ਹਾਂ, ਐਲੋਪੈਥਿਕ ਜਿਹਨੂੰ ਆਪਾਂ ਕਹਿ ਲਈਏ। ਅੱਜ ਅਸੀਂ ਸਾਰੇ ਫਾਰਮਾਸਿਸਟ, ਪੂਰੇ ਵਰਲਡ ਦੇ ਫਾਰਮਾਸਿਸਟ ਮਿਲ ਕੇ ਅੱਜ ਇੱਕ ਸਾਡਾ ਦਿਨ ਹੁੰਦਾ ਹੈ, ਵਰਲਡ ਫਾਰਮਾਸਿਸਟ ਡੇ। ਇਹ ਹਮੇਸ਼ਾ 25 ਸਤੰਬਰ 2000 ਅੱਜ ਇਸ ਵਾਰੀ 22 ਨੂੰ ਆਇਆ ਹੈ ਅਤੇ ਅਸੀਂ ਇਹ ਸਾਰੇ ਜਾਣੇ ਮਿਲ ਕੇ ਵਰਲਡ ਫਾਰਮਾਸਿਸਟ ਡੇ ਮਨਾਉਂਦੇ ਹਾਂ। ਫਾਰਮਾਸਿਸਟ ਡੇ ਕਹਿੰਦੇ ਕਿਹਨੂੰ? ਫਾਰਮੇਸੀ ਜਿਹੜੇ ਜਿੰਨੇ ਵੀ ਸਾਡੇ ਦਵਾ